ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਲੱਗਦਾ ਹੈ ਇਸ ਸ਼ਖਸ ਦੇ ਨਾਲ ਕੁਛ ਅਜਿਹਾ ਹੀ ਹੋਇਆ ਹੈ। ਇਹ ਤਸਵੀਰਾਂ ਯਮੁਨਾ ਨਗਰ ਦੀਆਂ ਨੇ। ਇੱਕ ਮੁੰਡੇ ਨੂੰ ਉਸਦੇ ਪਿਓ ਨੇ ਜੈਗਵਾਰ ਦੀ ਥਾਂ BMW ਲੈ ਦਿੱਤੀ, ਪਰ ਸ਼ਾਇਦ ਜਨਾਬ 'ਤੇ ਜੈਗਵਾਰ ਦਾ ਭੂਤ ਚੜਿਆ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਇਹਨਾਂ ਨੇ ਆਪਣੀ ਹੀ ਗੱਡੀ ਆਪਣੇ ਹੀ ਹੱਥੋਂ ਨਹਿਰ ਦੇ ਵਿੱਚ ਸੁੱਟ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਹੜਕੰਪ ਮੱਚ ਗਿਆ। ਆਖਿਰਕਾਰ ਇਸ ਨੌਜਵਾਨ ਨੇ ਅਜਿਹਾ ਕਿਉਂ ਕੀਤਾ, ਇਸ ਦਾ ਜਵਾਬ ਤਾਂ ਕਿਸੇ ਕੋਲ ਨਹੀਂ ਹੈ। ਪਰ ਫਿਲਹਾਲ ਯਮੁਨਾਨਗਰ ਪ੍ਰਸ਼ਾਸਨ ਨੂੰ ਹੜਕੰਪ ਮੱਚ ਗਿਆ, ਕਿਉਂਕਿ BMW ਨਹਿਰ ਦੇ ਵਿੱਚ ਡਿੱਗਣ ਦੇ ਨਾਲ ਲੱਗਾ ਕਿ ਸ਼ਾਇਦ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਮੌਕੇ 'ਤੇ NDRF ਦੀਆਂ ਟੀਮਾਂ ਆ ਗਈਆਂ, ਰਾਹਤ ਕਾਰਜ ਸ਼ੁਰੂ ਹੋ ਗਿਆ। ਇਸ ਦੌਰਾਨ ਪੜਤਾਲ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਜੋ ਜਾਣਕਾਰੀ ਦਿੱਤੀ ਉਹ ਹੈਰਾਨ ਕਰਨ ਵਾਲੀ ਸੀ। ਲੋਕਾਂ ਦਾ ਕਹਿਣਾ ਸੀ ਕਿ ਇਸ ਗੱਡੀ ਦੇ ਵਿੱਚ ਆਏ ਸ਼ਖਸ ਨੇ ਆਪਣੇ ਹੱਥੀਂ ਇਸ ਗੱਡੀ ਨੂੰ ਨਹਿਰ ਦੇ ਵਿੱਚ ਸੁੱਟਿਆ ਹੈ। ਇਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਜਨਾਬ ਨੂੰ BMW ਮਿਲ ਗਈ ਸੀ, ਜਦਕਿ ਉਹ ਲੈਣਾ ਜੈਗੁਆਰ ਚਾਹੁੰਦੇ ਸੀ। ਪਰ ਸਭ ਤੋਂ ਵੱਡਾ ਸਵਾਲ, ਆਖਿਰਕਾਰ ਆਪਣੀ ਜਿੱਤ ਪੁਗਾਉਣ ਦਾ ਇਹ ਕਿਹੜਾ ਤਰੀਕਾ ਹੈ? ਫਿਲਹਾਲ ਇਸ ਗੱਡੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ, ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਤੁਸੀਂ ਆਪ ਹੀ ਸੁਣੋ, ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਕ ਆਖਿਰਕਾਰ ਮੌਕੇ 'ਤੇ ਹੋਇਆ ਕੀ ਸੀ। कैसे गिरी, क्या कारण है, कुछ पता चला? वो इससे बड़ी कार मांगे राजी। कहाँ का लड़का है? ये गांव तो अपने नजदीक ही लोकल ही है जी। गिरने का कारण पता है कुछ?